21 ਫਰਵਰੀ ਨੂੰ ਪੂਰੀ ਦੁਨੀਆ 'ਚ ਲੋਕ ਆਪਣੀ ਮਾਂ ਬੋਲੀ ਦਾ ਦਿਨ ਮਨਾਉਂਦੇ ਨੇ ਅਤੇ ਅਸੀਂ ਵੀ ਲਾਹੌਰ 'ਚ ਪੰਜਾਬ ਤੋਂ ਰਹਿਣ ਵਾਲੇ ਪੰਜਾਬੀ ਆਪਣੀ ਮਾਂ ਬੋਲੀ ਲਈ ਹਰ ਸਾਲ ਇੱਕ ਰੈਲੀ ਦਾ ਇੰਤਜ਼ਾਮ ਕਰਦੇ ਹਾਂ ਅਤੇ ਸਾਰੇ ਪੰਜਾਬੀ ਬੋਲਣ ਵਾਲਿਆਂ ਨੂੰ ਮਾਂ ਬੋਲੀ ਨਾਲ ਮੁਹੱਬਤ ਕਰਨ ਵਾਲਿਆਂ ਨੂੰ ਦਰਖਾਸਤ ਹੈ ਕਿ 21 ਫਰਵਰੀ ਨੂੰ 1 ਵਜੇ ਦੁਪਹਿਰ ਲਾਹੌਰ ਪ੍ਰੈਸ ਕਲੱਬ ਜਮ੍ਹਾਂ ਹੋਣ ਅਤੇ ਆਪਣੀ ਮਾਂ ਬੋਲੀ ਦੀ ਇੱਜ਼ਤ ਵਧਾਉਣ। ਸ਼ੁਕਰੀਆ। 21 ਫਰਵਰੀ ਪੂਰੀ ਦੁਨੀਆ ਦੇ ਵਿੱਚ ਮਾਦਰੀ ਜ਼ਬਾਨਾਂ ਦਾ ਆਲਮੀ ਦਿਨ ਮਨਾਇਆ ਜਾਂਦਾ ਹੈ। ਉਸ ਦਿਨ ਅਸੀਂ ਉਸ ਜ਼ਬਾਨ ਦੀ ਗੱਲ ਕਰਨੇ ਹਾਂ ਜਿਹੜੀ ਅਸੀਂ ਆਪਣੇ ਘਰੋਂ ਸਿੱਖੀ ਹੁੰਦੀ ਹੈ, ਆਪਣੀ ਮਾਂ ਕੋਲੋਂ ਸਿੱਖੀ ਹੁੰਦੀ ਹੈ। ਪੰਜਾਬੀ ਪੰਜਾਬ ਦੇ ਲੋਕਾਂ ਦੀ ਮਾਦਰੀ ਜ਼ਬਾਨ ਹੈ, ਉਹਨਾਂ ਦੇ ਘਰ ਦੇ ਵਿੱਚ ਪੰਜਾਬੀ ਬੋਲੀ ਜਾਂਦੀ ਹੈ, ਕਰੋੜਾਂ ਲੋਕ ਪੰਜਾਬੀ ਬੋਲਦੇ ਨੇ ਅਤੇ 21 ਫਰਵਰੀ ਨੂੰ ਅਸੀਂ ਪੰਜਾਬੀ ਜ਼ੁਬਾਨ ਦੇ ਹੱਕਾਂ ਲਈ ਬਾਹਰ ਨਿਕਲਾਂਗੇ, ਪ੍ਰੈਸ ਕਲੱਬ ਤੋਂ ਅਸੈਂਬਲੀ ਹਾਲ ਤੱਕ, ਔਰ ਉਹਦਾ ਖੁੱਸਿਆ ਹੋਇਆ ਮੁਕਾਮ ਉਹਨੂੰ ਦਿਵਾਉਣ ਲਈ ਜੱਦੋਜਹਿਦ ਕਰਾਂਗੇ। ਅਤੇ ਅਸੀਂ ਚਾਹੁੰਦੇ ਹਾਂ ਕਿ ਇਹ ਪੰਜਾਬੀ ਜ਼ੁਬਾਨ ਦੀ, ਸੂਫੀਆਂ ਦੀ ਜ਼ੁਬਾਨ ਦੀ, ਔਰ ਇਸ ਧਰਤੀ ਦੀ ਜ਼ੁਬਾਨ ਦੇ ਹੱਕ ਲਈ ਸਾਰੇ ਦੋਸਤ ਸਾਡੇ ਨਾਲ ਬਾਹਰ ਆਉਣ ਔਰ ਪੰਜਾਬੀ ਲਈ ਆਪਣੀ ਜੱਦੋਜਹਿਦ ਜਿਹੜੀ ਹੈ ਉਹ ਸਾਡੇ ਨਾਲ ਰਲ ਕੇ ਕਰਨ। ਇਹ ਜ਼ੁਬਾਨ ਨਾ ਸਿਰਫ ਸੂਫੀਆਂ ਦੀ ਜ਼ੁਬਾਨ ਹੈ ਬਲਕਿ ਇਹ ਇਸ ਖਿੱਤੇ ਦੀ ਉਹ ਜ਼ੁਬਾਨ ਹੈ ਜਿਹਨੂੰ ਕਰੋੜਾਂ ਲੋਕ ਬੋਲਦੇ ਨੇ। ਬਹੁਤ ਸ਼ੁਕਰੀਆ। 21 ਫਰਵਰੀ ਜਗਤ ਮਾਂ ਬੋਲੀ ਤਿਆੜ ਹੁੰਦੀ ਹੈ ਅਤੇ ਪੰਜਾਬੀਆਂ ਦੀ ਹੈਸੀਅਤ ਨਾਲ ਸਾਡਾ ਵੀ ਆਪਣੀ ਮਾਂ ਬੋਲੀ ਬਾਰੇ, ਉਹਦੇ ਵਧਾਅ ਬਾਰੇ ਗੱਲ ਕਰਨਾ, ਇਕੱਠ ਕਰਨਾ ਇਹ ਫਰਜ਼ ਬਣਦਾ ਹੈ। 21 ਫਰਵਰੀ ਨੂੰ ਪ੍ਰੈਸ ਕਲੱਬ ਦੇ ਸਾਹਮਣੇ ਇਕੱਠ ਹੋ ਰਿਹਾ, ਉਹਦੇ 'ਚ ਆਓ ਅਤੇ ਆਪਣੇ ਪੰਜਾਬੀ ਹੋਣ ਦਾ ਸਬੂਤ ਦਿਓ ਅਤੇ ਆਪਣੀ ਧਰਤੀ ਦੇ ਨਾਲ ਪਿਆਰ ਦਾ ਸਬੂਤ ਦਿਓ। ਸ਼ੁਕਰੀਆ। 21 ਫਰਵਰੀ 2020 ਮਾਦਰੀ ਜ਼ੁਬਾਨ ਦੇ ਦਿਹਾੜੇ ਦੇ ਤੌਰ 'ਤੇ ਮਨਾਇਆ ਜਾਏਗਾ। ਲਗਭਗ 15-20 ਸਾਲ ਦੇ ਦੌਰਾਨੀਏ ਦੇ ਵਿੱਚ ਮਾਦਰੀ ਜ਼ੁਬਾਨ ਬਾਰੇ ਸ਼ਊਰ ਪੰਜਾਬੀਆਂ 'ਚ ਕੁਝ ਨਾ ਕੁਝ ਵਧਿਆ ਹੈ। ਇਹਦੀ ਬੁਨਿਆਦੀ ਵਜ੍ਹਾ ਇਹ ਵੇ ਕਿ 21 ਫਰਵਰੀ ਨੂੰ ਅਕਵਾਮੇ ਮੁਤਾਹਿਦਾ ਨੇ ਮਾਦਰੀ ਜ਼ੁਬਾਨ ਦਾ ਦਿਨ ਕਰਾਰ ਦਿੱਤਾ ਹੈ। ਇਹ ਦਿਨ ਪੂਰੀ ਦੁਨੀਆ ਵਿੱਚ ਲੋਕ ਮਾਦਰੀ ਜ਼ੁਬਾਨ ਦੇ ਵਾਸਤੇ ਮਨਾਉਂਦੇ ਨੇ। ਪੰਜਾਬੀਆਂ 'ਚ ਬਦਕਿਸਮਤ ਨਾਲ ਮਾਦਰੀ ਜ਼ੁਬਾਨ ਨਾਲ ਪਿਆਰ ਦਾ ਸ਼ੌਰ ਜਿਹੜਾ ਘੱਟ ਹੈ। ਅਸੀਂ ਲੋਕ ਮਾਦਰੀ ਜ਼ੁਬਾਨ ਨੂੰ ਮਾਮੂਲੀ ਚੀਜ਼ ਸਮਝਦੇ ਹਾਂ, ਇਹਦੀ ਬਜਾਏ ਦੂਜੀਆਂ ਜ਼ੁਬਾਨਾਂ ਨੂੰ ਬੋਲਣਾ ਫਖਰ ਦੀ ਗੱਲ ਸਮਝਦੇ ਹਾਂ। ਸਾਨੂੰ ਇਹ ਸਮਝ ਨਹੀਂ ਆਉਂਦੀ ਕਿ ਮਾਦਰੀ ਜ਼ੁਬਾਨ ਤੋਂ ਬਗੈਰ ਸਾਡੀ ਕੋਈ ਪਛਾਣ ਨਹੀਂ। ਜੇ ਮੈਂ ਪੰਜਾਬੀ ਨਹੀਂ ਬੋਲਦਾ ਤਾਂ ਲੱਖ ਪੰਜਾਬੀ ਅਖਵਾਵਾਂ, ਮੈਂ ਪੰਜਾਬੀ ਨਹੀਂ। ਪੰਜਾਬੀ ਬੋਲਾਂਗਾ ਤਾਂ ਮੈਂ ਪੰਜਾਬੀ ਹੋਵਾਂਗਾ। ਅਸੀਂ ਲੋਕ ਦੂਸਰੀਆਂ ਸ਼ਨਾਖਤਾਂ ਨੂੰ ਤਰਜੀਹ ਦਿੰਦੇ ਹਾਂ ਅਤੇ ਜਿਹੜੀ ਸਾਡੀ ਅਸਲ ਸ਼ਨਾਖਤ ਹੈ ਉਹ ਪੰਜਾਬੀ ਹੈ, ਉਹਨੂੰ ਅਸੀਂ ਨਜ਼ਰਅੰਦਾਜ਼ ਕਰਦੇ ਹਾਂ। ਪਰ ਦੂਜੀਆਂ ਕੌਮਾਂ ਵਾਲੇ ਸਾਨੂੰ ਇਹ ਹੱਕ ਦੇਣ ਨੂੰ ਤਿਆਰ ਨਹੀਂ। ਮੈਂ ਕਰਾਚੀ ਜਾਵਾਂਗਾ ਤਾਂ ਉਹ ਕਹਿਣਗੇ ਪੰਜਾਬੀ ਆ ਗਿਆ, ਪਿਸ਼ਾਵਰ ਜਾਵਾਂਗਾ ਤਾਂ ਮੇਰੀ ਸ਼ਨਾਖਤ ਪੰਜਾਬੀ ਹੋਵੇਗੀ, ਕੋਇਟੇ ਬਲੋਚਿਸਤਾਨ ਵਿੱਚ ਵੀ ਮੈਂ ਪੰਜਾਬੀ ਸਮਝਿਆ ਜਾਵਾਂਗਾ। ਫਿਰ ਕਿਉਂ ਨਾ ਮੈਂ ਆਪਣੀ ਅਸਲ ਸ਼ਨਾਖਤ ਨੂੰ ਅਪਣਾਵਾਂ, ਪੰਜਾਬੀ ਹੋਣ 'ਤੇ ਫਖਰ ਕਰਾਂ। 21 ਫਰਵਰੀ ਦਾ ਜਿਹੜਾ ਦਿਨ ਆ ਰਿਹਾ, ਦੋਸਤ ਇਹਨੂੰ ਕਈ ਸਾਲ ਤੋਂ ਮਨਾ ਰਹੇ ਨੇ। ਖੁਸ਼ੀ ਦੀ ਗੱਲ ਹੈ ਕਿ ਇਸ ਦਿਨ ਰੌਣਕਾਂ ਜ਼ਿਆਦਾ ਹੋ ਰਹੀਆਂ ਨੇ, ਪੰਜਾਬੀ ਬਾਰੇ ਸ਼ੋਰ ਕੁਝ ਨਾ ਕੁਝ ਵੱਧ ਰਿਹਾ ਹੈ। ਜ਼ਿਆਦਾ ਗਿਣਤੀ 'ਚ ਲੋਕ ਸ਼ਾਮਿਲ ਹੁੰਦੇ ਨੇ, ਜਲਸੇ ਜਲੂਸਾਂ 'ਚ ਆਪਣੀ ਗੱਲ ਨੂੰ ਅੱਗੇ ਪਹੁੰਚਾਉਂਦੇ ਨੇ। ਅਤੇ ਮੈਨੂੰ ਯਕੀਨ ਹੈ ਕਿ ਜੇ ਅਸੀਂ ਇਸੇ ਤਰ੍ਹਾਂ ਕੰਮ ਕਰਦੇ ਰਹੇ, ਪੰਜਾਬੀ ਸ਼ੋਰ ਨੂੰ ਵਧਾਉਂਦੇ ਰਹੇ, ਅਤੇ ਇੱਕ ਦਿਨ ਐਸਾ ਆਵੇਗਾ ਕਿ ਪੰਜਾਬ ਦੇ ਅੰਦਰ ਪੰਜਾਬੀ ਜ਼ੁਬਾਨ ਨੂੰ ਉਹਦੇ ਹਕੂਕ ਮਿਲ ਜਾਣਗੇ। 21 ਫਰਵਰੀ 2020 ਦੇ ਮੌਕੇ 'ਤੇ ਮੇਰੀ ਸਾਰੇ ਦੋਸਤਾਂ ਸੱਜਣਾਂ ਵੇਖਣ ਵਾਲਿਆਂ ਨੂੰ ਦਰਖਾਸਤ ਹੈ ਕਿ ਜਲਸੇ ਜਲੂਸ ਦੇ ਸ਼ਾਮਿਲ ਹੋਵੋ। ਜੇ ਤੁਸੀਂ ਲਾਹੌਰ ਤੋਂ ਦੂਰ ਕਿਸੇ ਸ਼ਹਿਰ 'ਚ ਰਹਿੰਦੇ ਹੋ, ਆਪਣੇ ਸ਼ਹਿਰ ਦੇ 'ਚ ਲੋਕਾਂ ਨੂੰ ਇਕੱਠੇ ਕਰੋ, ਉਹਨਾਂ ਤੱਕ ਪੰਜਾਬੀ ਜ਼ੁਬਾਨ ਦੀ ਗੱਲ ਪਹੁੰਚਾਓ। ਅਤੇ ਜੇ ਤੁਸੀਂ ਲਾਹੌਰ ਦੇ 'ਚ ਰਹਿੰਦੇ ਹੋ ਤਾਂ ਸ਼ਿਮਲਾ ਪਹਾੜੀ 1 ਵਜੇ ਦੁਪਹਿਰ ਇਕੱਠ ਹੋਵੇਗਾ, ਰੈਲੀ ਨਿਕਲੇਗੀ,
ਉਹਦੇ 'ਚ ਤਸ਼ਰੀਫ ਲਿਆਓ, ਆਪ ਵੀ ਆਓ, ਆਪਣੇ ਸੱਜਣਾ ਦੋਸਤਾਂ ਨੂੰ ਵੀ ਨਾਲ ਲੈ ਕੇ ਆਓ, ਪੰਜਾਬੀ ਦੀ ਗੱਲ ਹਰ ਇੱਕ ਤੱਕ ਪਹੁੰਚਾਓ ਤਾਂ ਜੋ ਸਾਡਾ ਪੰਜਾਬੀ ਪਿਆਰ ਦਾ ਕਾਫਲਾ ਜਿਹੜਾ ਆਪਣੀ ਮੰਜ਼ਿਲ ਤੱਕ ਪਹੁੰਚ ਸਕੇ। ਬਹੁਤ ਸ਼ੁਕਰੀਆ ਜੀ। ਮੈਂ ਯੂਸਫ ਪੰਜਾਬੀ, ਇੱਕ ਪੰਜਾਬੀ ਦਾ ਸੇਵਕ ਹਾਂ, ਸਾਰੇ ਪੰਜਾਬੀਆਂ ਦਾ ਨੌਕਰ, ਪੰਜਾਬੀ ਜ਼ੁਬਾਨ ਦਾ ਜਿੱਥੇ ਜਿੱਥੇ ਵੀ ਕੰਮ ਹੁੰਦਾ। ਔਰ ਮਾਂ ਬੋਲੀ ਦੇ ਹਵਾਲੇ ਨਾਲ ਇਹ ਵੇਖੇ, ਅਸੀਂ ਹਰ ਸਾਲ ਮਾਂ ਬੋਲੀ ਦਿਹਾੜ 21 ਫਰਵਰੀ ਨੂੰ ਮਨਾਉਂਦੇ ਹਾਂ, ਲੇਕਿਨ ਮੇਰਾ ਖਿਆਲ ਹੈ ਕਿ ਜਿੰਨੇ ਵੀ ਪੰਜਾਬੀ ਨੇ, ਜਿੰਨਾ ਚਿਰ ਇਹਨਾਂ ਦੇ ਹਕੂਕ ਇਹਨਾਂ ਨੂੰ ਪੂਰੀ ਤਰ੍ਹਾਂ ਨਹੀਂ ਮਿਲਦੇ, ਔਰ ਸਭ ਤੋਂ ਪਹਿਲਾਂ ਸਾਡਾ ਹੱਕ ਹੈ ਕਿ ਪ੍ਰਾਇਮਰੀ ਤੋਂ ਲੈ ਕੇ ਅਤੇ ਗ੍ਰੈਜੂਏਸ਼ਨ ਤੀਕਰ ਪੰਜਾਬੀ ਜ਼ੁਬਾਨ ਰਾਇਸ਼ ਕੀਤੀ ਜਾਵੇ, ਜ਼ਰੀਆ ਤਾਲੀਮ ਹੋਵੇ, ਔਰ ਹਰ ਬੱਚੇ ਦਾ ਪੈਦਾਇਸ਼ੀ ਹੱਕ ਹੁੰਦਾ ਹੈ ਉਹਦੀ ਮਾਦਰੀ ਜ਼ੁਬਾਨ 'ਚ ਉਹਨੂੰ ਪੜ੍ਹਾਉਣਾ। ਸੋ ਸਾਡੇ ਪੰਜਾਬੀਆਂ ਕੋਲ ਨਹੀਂ ਹੈ, ਸੋ ਸਾਨੂੰ ਸਾਰਿਆਂ ਨੂੰ ਜਿੱਦੋਜਹਿਦ ਕਰਨੀ ਚਾਹੀਦੀ ਜਿੰਨਾ ਚਿਰ ਸਾਨੂੰ ਸਾਡਾ ਇਹ ਹੱਕ ਨਹੀਂ ਮਿਲਦਾ। ਔਰ ਖਾਸ ਕਰਕੇ ਮਾਂ ਬੋਲੀ ਦਿਹਾੜ ਦੇ ਹਵਾਲੇ ਨਾਲ ਮੈਂ ਸਾਰਿਆਂ ਨੂੰ ਅਰਜ਼ੋਈ ਕਰਾਂਗਾ ਕਿ 21 ਫਰਵਰੀ ਮਦਰ ਲੈਂਗੁਏਜ ਦੇ ਆਲਮੀ ਮਾਦਰੀ ਜ਼ੁਬਾਨਾਂ ਦਾ ਦਿਨ ਹੈ, ਅਤੇ ਪ੍ਰੈਸ ਕਲੱਬ ਤੁਸੀਂ 1 ਵਜੇ ਆਓ ਔਰ ਸਾਰੇ ਰਲ ਕੇ ਅਸੀਂ ਆਪਣੀ ਮਾਂ ਬੋਲੀ ਵਾਸਤੇ ਜਿੱਦੋਜਹਿਦ ਕਰੀਏ, ਉਹਦੇ ਉਸੂਲ ਵਾਸਤੇ। ਬਹੁਤ ਮਿਹਰਬਾਨੀ। 21 ਫਰਵਰੀ ਨੂੰ ਹਰ ਸਾਲ ਦੀ ਵਰ੍ਹਾ ਇਸ ਵਾਰੀ ਵੀ 21 ਫਰਵਰੀ ਨੂੰ ਮਾਂ ਬੋਲੀ ਦਿਹਾੜ ਮਨਾਇਆ ਜਾ ਰਿਹਾ। ਜਿਵੇਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਦਿਹਾੜ UNA ਦੇ ਜਿਹੜਾ ਹੈ ਉਹਦੀ ਅਗਵਾਈ ਹੇਠ ਮਨਾਇਆ ਜਾਂਦਾ। UNA ਨੇ 21 ਫਰਵਰੀ ਨੂੰ ਇਹ ਦਿਹਾੜ ਮਿੱਥਿਆ ਸੀ। ਅਸਲੋਂ ਸਾਡੇ ਬੇਸ਼ੁਮਾਰ ਲੋਕਾਂ ਨੂੰ ਨਹੀਂ ਪਤਾ ਕਿ ਇਹ ਦਿਹਾੜ ਜਿਹੜਾ ਹੈ, ਜਿਹੜਾ ਮੌਜੂਦਾ ਬੰਗਲਾਦੇਸ਼ ਹੈ, ਉੱਥੇ ਜਿਹੜੀ ਬੰਗਾਲੀ ਲਹਿਰ ਸੀ ਜ਼ਬਾਨ ਦੀ, ਉਹਦੀ ਯਾਦ ਵਿੱਚ ਮਨਾਇਆ ਜਾਂਦਾ ਹੈ, ਜਿਹਦੇ ਵਿੱਚ ਕੁਛ ਸਟੂਡੈਂਟ ਜਿਹੜੇ ਸੀ ਢਾਕਾ ਯੂਨੀਵਰਸਿਟੀ ਦੇ ਉਹ ਸ਼ਹੀਦ ਹੋਏ ਸਨ। ਅਸੀਂ 7-8 ਸਾਲਾਂ ਤੋਂ ਇਹ ਦਿਹਾੜ ਜਿਹੜਾ ਹੈ, ਮੇਰੇ ਖਿਆਲ 2013 ਤੋਂ ਅਸੀਂ ਇਹ ਦਿਹਾੜ ਮਨਾ ਰਹੇ ਹਾਂ। ਇਹ ਬਹੁਤ ਖੁਸ਼ੀ ਦੀ ਗੱਲ ਹੈ। ਪਹਿਲੀ ਦਫਾ ਜਦੋਂ ਅਸੀਂ ਮਨਾਇਆ ਸੀ ਤਾਂ ਬਹੁਤ ਥੋੜ੍ਹੇ ਲੋਕ ਸਨ, ਲੇਕਿਨ ਹੁਣ ਇਸ ਵੇਲੇ ਸਾਡੇ ਪੰਜਾਬ ਵਿੱਚ, ਸਾਡੇ ਲਹਿੰਦੇ ਪੰਜਾਬ ਵਿੱਚ ਇਹ ਬੇਸ਼ੁਮਾਰ ਸ਼ਹਿਰਾਂ ਦੇ ਵਿੱਚ ਮਨਾਇਆ ਜਾ ਰਿਹਾ ਹੈ। ਲੇਕਿਨ ਬੜੇ ਅਫਸੋਸ ਦੀ ਗੱਲ ਹੈ ਕਿ ਅਜੇ ਤੱਕ ਜਿਹੜੀ ਸਾਡੀ ਸਰਕਾਰ ਹੈ ਉਹ ਸਾਡੀ ਗੱਲ ਨਹੀਂ ਸੁਣ ਰਹੀ। ਪੰਜਾਬੀ ਦੀ ਲਹਿਰ ਜਿਹੜੀ ਹੈ ਉਹ ਪਿਛਲੇ 60-70 ਸਾਲ ਤੋਂ ਚੱਲ ਰਹੀ ਹੈ, ਰਸਾਲੇ ਨਿਕਲ ਰਹੇ ਨੇ, ਅਖਬਾਰ ਵੀ ਨੇ, ਕਿਤਾਬਾਂ ਵੀ ਨੇ, ਲੇਕਿਨ ਅਜੇ ਤੱਕ ਸਾਡੀ ਜਿਹੜੀ ਬੋਲੀ ਹੈ, ਪੰਜਾਬ ਦੀ ਬੋਲੀ, ਉਹਨੂੰ ਜਿਹੜਾ ਹੈ ਪਹਿਲੀ ਜਮਾਤ ਤੋਂ ਬਾਲਾਂ ਨੂੰ ਨਹੀਂ ਪੜ੍ਹਾਇਆ ਗਿਆ। ਪੰਜਾਬ ਅਸੈਂਬਲੀ ਦੇ ਵਿੱਚ ਤੁਸੀਂ ਪੰਜਾਬੀ ਨਹੀਂ ਬੋਲ ਸਕਦੇ। ਮੀਡੀਆ ਦੇ ਸਾਰੇ ਚੈਨਲ ਜਿਹੜੇ ਨੇ ਉਹਨਾਂ 'ਚੋਂ ਇੱਕ ਚੈਨਲ ਵੀ ਪੰਜਾਬੀ ਦਾ ਨਹੀਂ ਹੈ। ਔਰ 12 ਕਰੋੜ ਲੋਕਾਂ ਦੀ ਇਹ ਬੋਲੀ ਹੈ, ਔਰ ਜਦ ਤੱਕ ਅਸੀਂ ਆਪਣੀ ਬੋਲੀ ਨਾਲ ਪਿਆਰ ਨਹੀਂ ਕਰਾਂਗੇ, ਇਹਨੂੰ ਤਾਲੀਮ ਦੀ ਜ਼ੁਬਾਨ ਨਹੀਂ ਬਣਾਵਾਂਗੇ, ਪੰਜਾਬ 'ਚੋਂ ਅਨਪੜ੍ਹਤਾ ਖਤਮ ਨਹੀਂ ਹੋ ਸਕਦੀ। ਜ਼ੁਬਾਨਾਂ ਜਿਹੜੀਆਂ ਨੇ ਸਾਰੀਆਂ ਬਰਾਬਰ ਹੁੰਦੀਆਂ ਨੇ, ਔਰ ਕੋਈ ਜ਼ੁਬਾਨ ਨਾ ਹੀਣੀ ਹੁੰਦੀ ਹੈ ਨਾ ਉੱਚੀ ਹੁੰਦੀ ਹੈ। ਹਰ ਜ਼ੁਬਾਨ ਜਿਹੜੀ ਹੈ ਉਹਦਾ ਆਪਣਾ ਇੱਕ ਸਟਰਕਚਰ ਹੈ, ਉਹਦੀ ਇੱਕ ਬਣਤਰ ਹੈ, ਔਰ ਉਹਦੇ ਮੁਤਾਬਕ ਹੁੰਦੀ ਹੈ। ਲਿਹਾਜ਼ਾ ਫਰਾਂਸੀਸੀ ਦਾਨਸ਼ਵਰ ਜਿਹੜਾ ਫਿਲਾਸਫਰ, ਉਹਨੇ ਕਿਹਾ ਸੀ ਮਿਸ਼ਲ ਫੋਕੋ ਨੇ ਕਿ ਜਿੱਥੇ ਤਾਕਤ ਹੁੰਦੀ ਹੈ ਉੱਥੇ ਮਜ਼ਾਮਤ ਵੀ ਹੁੰਦੀ ਹੈ। ਅਤੇ ਜੋ ਮਰਜ਼ੀ ਕਰੇ ਸਰਕਾਰ, ਅਸੀਂ ਜਿਹੜੀ ਹੈ ਪੰਜਾਬੀ ਲਿਖਦੇ ਰਹਾਂਗੇ, ਪੰਜਾਬੀ ਪੜ੍ਹਦੇ ਰਹਾਂਗੇ, ਪੰਜਾਬੀ ਦੀ ਮਜ਼ਾਮਤ ਅਸੀਂ ਕਰਦੇ ਰਹਾਂਗੇ, ਮੰਗ ਵੀ ਕਰਦੇ ਰਹਾਂਗੇ। ਔਰ ਇਹ ਸੱਚ ਹੈ ਜਿਹੜੀ ਬੋਲੀ ਹੈ, ਔਰ ਇਹ ਸੱਚ ਨੇ ਇੱਕ ਦਿਨ ਮੰਨਿਆ ਜਾਣਾ ਹੈ, ਇਹ ਸੱਚ ਨੇ ਆਉਣਾ ਹੈ,
ਔਰ ਇਹ ਜਿਹੜਾ ਹੈ ਆ ਕੇ ਹੀ ਰਹੇਗਾ। 21 ਫਰਵਰੀ ਦਾ ਦਿਨ ਸਾਨੂੰ ਹੋਰ ਗੱਲਾਂ ਦੇ ਇਲਾਵਾ ਉਹ ਅਜ਼ੀਮ ਨੁਕਸਾਨ ਦੀ ਯਾਦ ਦਿਲਾਉਂਦਾ ਹੈ ਜੋ ਪੰਜਾਬੀ ਜ਼ੁਬਾਨ ਨੂੰ ਨਜ਼ਰਅੰਦਾਜ਼ ਕਰਕੇ ਉਹਨੂੰ ਪਿੱਛੇ ਕਰਕੇ ਸਾਨੂੰ ਪਹੁੰਚਿਆ ਹੈ। ਪੰਜਾਬੀ ਜ਼ੁਬਾਨ ਦਾ ਅਦਬੀ ਸਕਾਫਤੀ ਜਿਹੜਾ ਵਿਰਸਾ ਹੈ ਔਰ ਜੋ ਇੰਟਲੈਕਚੁਅਲ ਵਿਰਸਾ ਹੈ ਉਹ 1000 ਸਾਲ ਤੱਕ ਪਿੱਛੇ ਜਾਂਦਾ ਹੈ। ਉਹ ਸਾਰਾ ਵਿਰਸਾ ਮੁਹੱਬਤ, ਇਨਸਾਫ, ਮਿਲ ਜੁਲ ਕੇ ਰਹਿਣ ਔਰ ਇੱਕ ਦੂਜੇ ਦੇ ਨਾਲ ਤਾਵਨ ਕਰਨ ਔਰ ਇੱਕ ਦੂਜੇ ਦੀ ਉਂਗਲੀ ਪਕੜ ਕੇ ਜ਼ਿੰਦਗੀ ਦੇ ਸਫ਼ਰ 'ਚ ਚੱਲਣ ਦੀ ਤਾਲੀਮ ਦਿੰਦਾ ਹੈ। ਇਹਦੇ ਮੁਕਾਬਲੇ 'ਤੇ ਜੋ ਜ਼ਬਾਨਾਂ ਅਸੀਂ ਇਖਤਿਆਰ ਕੀਤੀਆਂ ਨੇ, ਇੱਕ ਤਾਂ ਔਰ ਉਹਦਾ ਵਿਰਸਾ 200-225 ਸਾਲ ਤੋਂ ਪਿੱਛੇ ਨਹੀਂ ਜਾਂਦਾ। ਦੂਜੇ ਉਹ ਬਸ ਮਿਸਾਲ ਦੇ ਤੌਰ 'ਤੇ ਉਰਦੂ ਜ਼ਬਾਨ ਦੀ ਜਿਹੜੀ ਤਾਰੀਖ ਹੈ ਉਹ ਕੌਨਫਲਿਕਟ ਦੀ ਤਾਰੀਖ ਹੈ। ਹਿੰਦੂ ਮੁਸਲਿਮ ਜਾਂ ਬਾਜ਼ ਇਲਾਕਿਆਂ ਦੇ ਆਪਸ ਦੇ ਵਿੱਚ ਜਿਹੜੇ ਇਖਤਲਾਫਾਤ ਨੇ ਉਹਨਾਂ ਦੀ ਯਾਦ ਦਿਲਾਉਂਦਾ। ਸੋ ਅਗਰ ਅਸੀਂ ਆਪਣੀ ਜ਼ੁਬਾਨ ਨੂੰ ਅਖਤਿਆਰ ਕੀਤਾ ਹੁੰਦਾ ਤਾਂ ਅੱਜ ਸਾਡੀ ਸਮਾਜੀ ਹਾਲਤ, ਅੱਜ ਸਾਡੀ ਇੰਟਲੈਕਚੁਅਲ ਜਿਹੜੀ ਕੈਫੀਅਤ ਹੈ, ਸਾਡੀ ਅਦਬੀ ਜੋ ਕੈਫੀਅਤ ਹੈ ਉਹ ਬਿਲਕੁਲ ਮੁਖਤਲਿਫ ਹੁੰਦੀ ਔਰ ਅਸੀਂ ਦੁਨੀਆ ਦੇ ਤਰੱਕੀ ਯਾਫਤਾ ਕੌਮਾਂ ਦੇ ਨਾਲ ਖਲੋ ਕੇ ਗੱਲ ਕਰ ਸਕਦੇ ਸੀ। ਮੈਂ ਹਨੀਫ ਸ਼ਾਕਰ, ਸੈਕਟਰੀ ਮਸੂਦ ਖੱਤਰ ਪੋਸਟ ਟਰੱਸਟ, ਪੰਜਾਬੀ ਜ਼ੁਬਾਨ ਦੇ ਵੱਲ ਇਹੀ ਕਹਿਣਾ ਚਾਹੁੰਦਾ ਵੇ ਕਿ ਇਹ ਸਾਡੀ ਮਾਦਰੀ ਜ਼ੁਬਾਨ ਹੈ। ਇਹਦੀ ਬਿਹਤਰੀ ਵਾਸਤੇ ਜਿੰਨੀ ਵੀ ਕੋਸ਼ਿਸ਼ ਕੀਤੀ ਜਾ ਸਕੇ ਘੱਟ ਹੈ। ਹਰ ਪੰਜਾਬੀ ਨੂੰ ਹਰ ਲਿਹਾਜ਼ ਨਾਲ ਆਪਣਾ ਹਿੱਸੇ 'ਚ ਪਾਉਣਾ ਚਾਹੀਦਾ ਵੇ ਔਰ ਜਿੰਨੀ ਵੱਧ ਤੋਂ ਵੱਧ ਅਸੀਂ ਤਰੱਕੀ ਦੇ ਸਕਦੇ ਹਾਂ ਇਹਦੇ ਵਾਸਤੇ ਥੋੜ੍ਹੀ ਹੈ। ਸਾਨੂੰ ਚਾਹੀਦਾ ਕਿ ਅਸੀਂ ਇਹਨੂੰ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਬਿਹਤਰੀਨ ਜ਼ੁਬਾਨ ਬਣਾ ਦਈਏ। ਉਹਦੇ ਸਾਡਾ ਅਦਬ ਵੀ ਹੋਵੇ, ਸਾਡੀ ਸਕਾਫਤ ਵੀ ਹੋਵੇ ਔਰ ਸਾਡੀ ਜ਼ੁਬਾਨ ਵੀ ਹੋਵੇ।